बिस्मिल्लाहिर्रहमानिर्रहीम, अस्सलामुअलैकुम दोस्तों, क्या हाल चाल है। मुझे उम्मीद है आप सब ठीक ठाक होंगे, खैर खैरियत से होंगे, जहां पर भी होंगे खुश होंगे। अल्लाह पाक आपको खुश रखे, शाद और आबाद रखे। तो दोस्तों, आज तकरीबन 3 महीने के बाद जो है मैं अपने अब्बू से मिलने आया हूँ सऊदी अरेबिया में। यानी आपको पता है कि ये बीमारी की वजह से इधर उधर निकलना ममनू है। मुझे वैसे 1 महीना हो गया था, उसके बाद जो है ये बीमारी आ गई तो आना जाना जो है वो मुश्किल हो गया था। तो आज 3 महीने के बाद बड़ी मुश्किल से मैं अब्बू जान को जो है ना मिलने आया हूँ, मुलाकात करने आया हूँ। तो चलिए मैं अपने अब्बू जान से आपको भी मिलवाता हूँ। तो चलिए दोस्तों, वो सामने मेरे अब्बू जो हैं वो देखें काम कर रहे हैं, उनकी गाड़ी भी वो खड़ी है। तो चलिए मुलाकात करते हैं। जी दोस्तों, माशाल्लाह ये हमारे अब्बू जी हैं। तो 10 साल हो गए मेरे अब्बू जी को यानी सऊदी अरेबिया में। तो जी सलाम करते हैं सारे। सलाम अलैकुम भाई जी। तो अब्बू जी को ना यार 10 साल इधर सऊदी में हो गए हैं। तो माशाल्लाह अब्बू जी किवें टाइम पास होता भी है जबरदस्त। हाँ ठीक है, हाँ टाइम माशाल्लाह सही पास होता है और गुजारा हो ही जाता है। मेरी कोशिश है थोड़ी तो जल्दी जल्दी जाना, इतों जान छड़ावा मैं इंशाल्लाह अल्लाह पाक कोई काम कर देना सही तरह। तो बाकी रिजक होने अल्लाह पाक के हाथ पास। तो माशाल्लाह किसे किसे बीजा है तुम्हारे इधर? उधर लहसुन बीजा है, अरबी दी पत्ती ना लहसुन बीजा है। मतलब अपनी पंजाबी जबान है ज्यादा दिन लहसुन, इतने अरबी ज्यादा दिन बरसी। सही से ना माशाल्लाह लहसुन है सारा तुसा बीजा है? हां जी हां जी, माशाल्लाह बड़ा जबरदस्त लहसुन है। ਜਿਵੇਂ ਆਪਣੇ ਪਾਕਿਸਤਾਨ ਹੁੰਦਾ ਬਿਲਕੁਲ ਸੇਮ ਟੂ ਸੇਮ ਹੀ ਵੇਖੋ ਹੈ। ਬਿਲਕੁਲ ਮਜ਼ਰਾ ਮਾਸ਼ਾਅੱਲਾ ਤੁਹਾਡਾ ਹਰਾ ਭਰਿਆ ਹੈ, ਜਿਹੜਾ ਇੱਥੋਂ ਲੱਗਦਾ ਰਸਤੇ ਨਾਲ ਖਲੋ ਤੇ ਵੇਖਦਾ ਯਾਰ ਇਹ ਕੀ ਚੀਜ਼ ਹੈ। ਤੇ ਇਹ ਸਾਰੇ ਤਜਰਬੇ ਅਬੂ ਜੀ ਪਾਕਿਸਤਾਨ ਵਾਲੇ ਥਾਈ ਇਸਤੇਮਾਲ ਕੀਤੇ? ਹੋਰ ਅੱਛਾ ਤੇ ਸਹੀ। ਹੋਰ ਅਬੂ ਜੀ ਹੋਰ ਵਸਲ ਲਾਇਓ? ਵਸਲ ਗੰਡੇ ਲਾਇਓ? ਹਾਂ ਗੰਡੇ ਗੰਡੇ ਮੇਰੇ ਖਿਆਲ ਉਹ ਐਂਡ ਤੇ ਖੜੇ ਨਾ ਨਾ पाकिस्तान चरी आदन इत्थे दुरा आदन इत्थे दुरा आदन चरी भी लाई हुई है। ते ए गड्डी माशाल्लाह तुहाडी है केड़ा मॉडल है? ये 94 मॉडल। 94 बड़ा पुराना मॉडल है। ते हुण हुण तुसा के करदे बदे ने? खाला छांगदे ने? मैं खाला छांगदा रिया सुबह गड्डी खरीद गई। अच्छा बड़ा गाज। अच्छा यानी आ खाला तुसा छांगदे रहे? सही सही। ते खजूरां दा बाग भी ते माशाल्लाह वाह वाह तुसा यानी है। ਅਤੇ ਚਲੀਏ ਸਾਨੂੰ ਖਜੂਰਾਂ ਦਾ ਬਾਗ ਵੀ ਵਿਖਾਓ ਆਪਣੇ ਵੇਖਣ ਵਾਲੇ ਯੂਟਿਊਬ 'ਤੇ ਲੋਕ ਵੇਖ ਸਕਣ ਤੁਹਾਨੂੰ ਹੈ। ਚਲੀਏ ਗੰਡੇ ਵੇਖਾਈਏ ਪਹਿਲੇ। ਚਲੋ ਚਲਦੇ ਹਾਂ, ਜਿਵੇਂ ਪੈਦਲ ਚਲੀਏ ਗੱਡੀ ਜਾਂਦੀ ਉਦਾਂ ਹੀ ਗੱਡੀ ਵੀ ਜਾਂਦੀ ਆ ਅਸੀਂ। ਅਤੇ ਚਲੋ ਪੈਦਲ ਚਲਦੇ ਹਾਂ। ਆ ਜਾਓ ਚਲੋ। ਮਾਸ਼ਾਅੱਲਾ ਪਾਣੀ ਤਾਂ ਜਿਵੇਂ ਪਾਕਿਸਤਾਨ ਆ ਜੀ, ਵੱਡੀ ਨਾਲ ਦਾ ਪਾਣੀ ਹੁੰਦਾ ਉਹ ਵਧਾ ਦੇਣਾ ਹੁਣ ਪਾਣੀ ਹੋਰ ਵੀ ਵੱਧ ਜਾਂਦਾ। ਅੱਛਾ ਵਧਾਓ ਹਾਂ। ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਪਾਣੀ ਬੜਾ ਜ਼ਬਰਦਸਤ ਹੈ। ਅਵੇ ਇੱਕ ਪਾਣੀ ਵਧਾ ਦੇ ਤੁਸੀਂ। ਇਹ ਟੂਵਲ ਚੱਲਦਾ ਪਈ ਹੈ ਪਿੱਛਾ ਹੈ? ਟੂਵਲ ਕੇ ਮੋਟਰਾਂ ਟਰਪੈਨਾ 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 ਚੱਲਦੀ ਬੁਰੀ ਗੱਡੀ ਹੈ ਜੀ। ਬੜਾ ਜ਼ਬਰਦਸਤ ਮਾਸ਼ਾਅੱਲਾ ਜੀ ਲੂਸਨ ਤੁਸਾਂ ਪਾਲਾ ਹੋਇਆ। ਦੇਖੋ ਦੋਸਤੋ ਮਾਸ਼ਾਅੱਲਾ ਅੱਬੂ ਨੇ ਬੜਾ ਹੀ ਜ਼ਬਰਦਸਤ ਲੂਸਨ ਪਾਲਾ ਹੋਇਆ ਮਾਸ਼ਾਅੱਲਾ। ਅੱਬੂ ਜਿਹੜੇ ਮੇਰੇ ਉਹਨਾਂ ਨੂੰ ਮੇਰੇ ਖਿਆਲ ਯਾਨੀ ਨਾ ਉਰਦੂ ਨਹੀਂ ਆਉਂਦੀ ਅਤੇ ਸਾਡੀ ਜਿਹੜੀ ਜ਼ਬਾਨ ਸੁਰੈਕੀ ਹੈ ਅਤੇ ਇਸ ਕਰਕੇ ਜਿਹੜਾ ਨਾ ਅੱਜ ਦਾ ਵਲੌਗ ਜਿਹੜਾ ਉਹ ਸੁਰੈਕੀ ਜੀ ਬਣਾਉਂਦਾ ਪਈ ਮੈਂ ਤੁਹਾਡੇ ਸਾਹਮਣੇ। ਉਮੀਦ ਹੈ ਕਿ ਤੁਹਾਨੂੰ ਸਮਝ ਆਉਂਦੀ ਪਈ ਹੋਸੀ ਅਤੇ ਇਨਸ਼ਾਅੱਲਾ ਅੱਗਾਂ ਤੁਹਾਨੂੰ ਵੀ ਕਹਿੰਦੇ ਹਾਂ ਅੱਬੂ ਨੇ ਬਸਲ ਲਾਏ ਹੋਏ ਗੰਡੇ ਲਾਏ ਹੋਏ ਮਾਸ਼ਾਅੱਲਾ ਪਿਆਜ਼ ਬੜੇ ਹੀ ਜ਼ਬਰਦਸਤ। ਅੱਬੂ ਮੇਰੇ ਨੂੰ ਤਜਰਬਾ ਬਹੁਤ ਜ਼ਿਆਦਾ ਹੈ ਮਾਸ਼ਾਅੱਲਾ ਵਾਹੀ ਦਾ ਨਾ। ਯਾਨੀ ਆ ਵੇਖੋ ਵੀ ਤੁਸੀਂ ਮੇਰੇ ਪਿੱਛੋਂ ਲੂਸਣ ਵੇਖੋ ਪਾਕਿਸਤਾਨ ਬੰਦਾ ਇੰਡੀਆ ਪਾਕਿਸਤਾਨ ਇੰਡੀਆ ਲੋਕ ਵੀ ਇਵੇਂ ਲੂਸਣ ਵੀ ਜੀਂਦੇ ਅਤੇ ਪਾਕਿਸਤਾਨ ਵੀ ਇਵੇਂ ਮਾਸ਼ਾਅੱਲਾ ਵੇਖੋ ਕਿਤਨਾ ਹਰਾ ਭਰਾ ਯਾਨੀ ਮਾਹੌਲ ਹੈ ਅਤੇ ਇਹ ਸਾਰੇ ਯਾਨੀ ਅੱਬੂ ਮੇਰੇ ਦੇ ਕਮਾਲ ਹੈ ਨਾ। ਇਹ ਵੇਖੋ ਅੱਬੂ ਪਾਣੀ ਲੈਂਦੇ ਨਾਲ ਪਾਣੀ ਚੱਲਦਾ ਪਿਆ ਤੁਹਾਡੇ ਸਾਹਮਣੇ ਅੱਖੀ ਦੇ ਅਤੇ ਉਹ ਖਜੂਰਾਂ ਦਾ ਬਾਗ ਹੈ ਪਿੱਛਾਂ ਉਹ ਸਾਰਾ ਯਾਨੀ ਖਜੂਰਾਂ ਦਾ ਬਾਗ ਹੈ ਉਹਨੂੰ ਵੀ ਪਾਣੀ ਅੱਬੂ ਹੀ ਲਾਉਂਦਾ ਅਤੇ ਚਲੀਏ।
ਤੁਸੀਂ ਵੇਖਦੇ ਪਏ ਹੋ ਕਿ ਇਹ ਪਿੱਛਾ ਹੈ ਚਰੀਏ, ਯਾਨੀ ਆਪਾਂ ਪਾਕਿਸਤਾਨ ਜਿਵੇਂ ਬੀਜਦੇ ਹਾਂ ਚਰੀ, ਇੱਥੇ ਦੁਰਾ ਆਖਦੇ ਨੇ, ਯਾਨੀ ਇਹ ਵੀ ਬੱਕਰੀਆਂ ਬੁੱਕਰੀਆਂ ਵਾਸਤੇ ਅੱਬੂ ਉਹਨਾਂ ਨੇ ਲਾਇਆ ਹੋਇਆ। ਅਤੇ ਵੇਖੋ ਪਿਆਜ਼ ਲਾਏ ਹੋਏ ਨੇ ਅੱਬੂ ਜੀ ਮੇਰੇ, ਯਾਨੀ ਪਿਆਜ਼ ਲਾਉਂਦੇ ਨੇ, ਤਜਰਬਾਕਾਰ ਬੰਦੇ ਨੇ ਵਾਹ ਵਾਹ। ਅਤੇ ਮਾਸ਼ਾਅੱਲਾ ਪਿਆਜ਼ ਯਾਨੀ ਹਰ ਸਾਲ ਲਾਉਂਦੇ ਨੇ, ਮੈਂ ਪਿਛਲੇ ਸਾਲ ਵੀ ਯਾਨੀ ਇੱਥੋਂ ਲੈ ਚੁੱਕੀਆਂ, ਇਸ ਸਾਲ ਵੀ ਇਨਸ਼ਾਅੱਲਾ ਮੈਂ ਤੁਹਾਡੇ ਸਾਹਮਣੇ ਵੇਖੋ। ਮਾਸ਼ਾਅੱਲਾ ਪਿਆਜ਼ ਬਹੁਤ ਹੀ ਜ਼ਬਰਦਸਤ ਲਾਉਂਦੇ ਨੇ, ਆਪਾਂ ਇਹਨਾਂ ਨਾਲ ਮੁਲਾਕਾਤ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਤੁਹਾਡੀ ਵੀ ਕਰਵਾਉਂਦੇ ਹਾਂ ਇਨਸ਼ਾਅੱਲਾ। ਬੰਦ ਕਰਤਾ ਟੂਵਲ ਅਤੇ ਬਸ ਉਹ ਦੁੱਖ ਹਵਾ ਹੋ ਗਈ ਹੁਣ ਮੇਰੇ ਖਿਆਲ, ਰੋਜ਼ਾ ਵੀ ਉਸੇ 'ਤੇ ਨਾ ਆਰਾਮ ਕਰਨ ਦਾ ਟਾਈਮ ਆ। ਅਤੇ ਇਹ ਪਿਆਜ਼ ਜੀ ਤੁਸੀਂ ਲਾਇਆ ਉਹਨੇ ਕਿੰਨਾ ਚਿਰ ਹੋ ਗਿਆ ਤਕਰੀਬਨ ਲਾਇਆ? ਇਹਨਾਂ 4 ਮਹੀਨੇ ਤਕਰੀਬਨ। 4 ਮਹੀਨੇ ਹੋ ਗਿਆ ਅਤੇ ਕਦੋਂ ਪੱਟਣਾ ਲਿਓ ਸਾਨੂੰ? ਹੋਰ ਮਹੀਨੇ ਕੁ ਦਾ। ਮਾਸ਼ਾਅੱਲਾ ਇਹ ਸਫੈਦ ਗੰਦੇ ਆ ਨਾ? ਮਾਸ਼ਾਅੱਲਾ ਸਾਨੂੰ ਪੱਟ 'ਤੇ ਵੀ ਵਿਖਾਓ ਹੈ। ਅਤੇ ਇੱਕ ਮਿੰਟ, ਅੱਛਾ ਭਾਅ ਜੀ ਇਹ ਸਿੰਧੀ ਗੰਡੇ ਵਿਖਾਓ ਖਾਂ, ਯਾਨੀ ਸਾਨੂੰ ਪੱਟ 'ਤੇ। ਪਟੀਂਦੇ ਨਹੀਂ, ਦਾਤਰੀ ਦੀ ਲੋੜ ਤਾਂ ਨਹੀਂ ਕਿਸੇ ਸ਼ਾਇਦ ਹੀ ਥੱਲੇ ਜਾੜੇ ਨਾ ਇਹਦੀ ਹਾਲ ਹੈ, ਹਾਲੇ ਕੱਚੇ ਹਨ ਮੇਰੇ ਖਿਆਲ। ਜਿਹੜੇ ਪਟੀਜੇ ਦੇ ਇਹਦੀ ਝਾੜ ਆਪਣੇ ਆਪ ਹੀ ਇਹਨੇ ਖਾ ਲਵਾਉਣੀ। ਬਿਲਕੁਲ ਬਿਲਕੁਲ, ਬੂਕਾਂ ਵੀ ਖਾ ਜਾ ਸੀ, ਝਾੜ ਵੀ ਖਾ ਲਈ ਸੀ। ਇਹ ਹੈ ਜੀ ਸਿੰਧੀ ਗੰਡੇ, ਮਾਸ਼ਾਅੱਲਾ ਬਿਲਕੁਲ ਹੈ, ਵੇਖੋ ਨਾ ਲਾਲ ਸੁਰਖ ਹੈ। ਅਤੇ ਪਾਣੀ ਵੀ ਲੱਗਾ ਹੋਇਆ, ਤਾਂ ਚਲੋ ਵੀ ਜ਼ਮੀਨ ਬੜੀ ਸਖ਼ਤ ਜ਼ਮੀਨ ਹੈ, ਜ਼ਮੀਨ ਦੇ ਅੰਦਰ ਇਹ ਮੋਟੇ ਕਿਸ਼ਾਂ ਦੇ ਬਾਹਰ ਨਿਕਲ ਪਹੁੰਚੇ ਅੰਦਰ ਗੰਡੇ ਹੈ ਨਾ। ਇਹ ਜਿਹੜੀ ਥਾਂ ਹੈ ਨਾ, ਇਹਨੇ ਸਾਰੀ ਖਾਵਣੀ ਹੈ, ਥੋੜ੍ਹੇ ਮੋਟਾ ਹੋ ਜਾ ਸੀ। ਬਿਲਕੁਲ ਬਿਲਕੁਲ ਜੀ ਸਿੰਧੀ ਗੰਡੇ ਨੇ, ਝਾੜੇ ਜਿਹੜੀ ਹੈ ਜਿਹੜੇ ਝਾੜਾ ਤੁਹਾਡਾ ਵੀ ਖਾ ਜਾਂਦੇ ਆ। ਮਾਸ਼ਾਅੱਲਾ ਵੇਖੋ ਸਿੰਧੀ ਗੰਡੇ ਸੋਹਣੇ ਨੇ ਗੰਡੇ, ਮਾਸ਼ਾਅੱਲਾ। ਇਹ ਸਫੈਦ ਨੇ ਹੈ ਨਾ? ਇਹ ਸਫੈਦ ਨਹੀਂ, ਹੋਰ ਪੀਲੇ। ਇਹ ਪੀਲੇ ਗੰਡੇ ਨੇ? ਅੱਛਾ ਅੱਛਾ, ਪੀਲੇ ਗੰਡੇ ਸਹੀ। ਮਾਸ਼ਾਅੱਲਾ ਵੈਸੇ ਮਜ਼ਰਾ ਤੁਹਾਡਾ ਬਾਬਾ ਹਰਾ ਭਰਾ। ਕੋਈ ਲੈ ਲਈਏ? ਹਾਂ ਬਿਲਕੁਲ, ਇਹ ਸਫੈਦ ਇਹ ਪੀਲਾ, ਅਤੇ ਇਹ ਜਿਹੜਾ ਮੇਰੇ ਖਿਆਲ ਇਹ ਲਾਲ ਸਿੰਧੀ ਹੈ ਨਾ? 3 ਕਿਸਮ ਦੇ ਗੰਡੇ ਮਾਸ਼ਾਅੱਲਾ ਤੁਹਾਡੇ। ਹਾਂ ਸਹੀ ਸਹੀ ਸਹੀ, ਇਹ ਮੇਰੇ ਖਿਆਲ ਹੈ ਤੁਹਾਨੂੰ ਮੁੱਕਦੇ ਨਹੀਂ ਗੰਡੇ, ਬਹੁਤ ਜ਼ਿਆਦਾ ਹੈ ਨਾ? ਯਾਨੀ ਤੁਸੀਂ ਸਬਜ਼ੀ ਆਪਦੀ ਬੀਜ 'ਤੇ ਪਕਾ ਕੇ ਖਾਂਦੇ ਹੋ ਥਾਈ? ਉਹ ਸਬਜ਼ੀ ਬੀਜੀ ਹੋਈ ਉੱਥੇ। ਸਹੀ ਸਹੀ, ਹਾਂ ਮਾਸ਼ਾਅੱਲਾ ਸੋਹਣੇ ਨੇ ਗੰਡੇ ਨਾ। ਬਿਲਕੁਲ ਮਾਸ਼ਾਅੱਲਾ, ਵੇਖੋ ਨਾ ਸਾਰੇ ਸੋਹਣੇ ਮੋਟੇ ਸੋਹਣੇ ਹੋਏ ਪੈਣ। ਅਤੇ ਇੱਥੇ ਵੱਟਾਂ ਵੁੱਟਾਂ ਤਾਂ ਨਹੀਂ ਲਾਉਂਦੇ, ਜਿਵੇਂ ਛੱਟਾ ਬੀਜ 'ਚ ਲਾਉਂਦੇ? ਤੁਸੀਂ ਇਹ ਛੱਟਾ ਦਿੰਦੇ ਨੇ ਤਾਂ ਇਹ ਗੰਡੇ ਥੋੜ੍ਹੇ ਬਰੀਕ ਹੈ ਨਾ? ਨਹੀਂ ਨਹੀਂ, ਹਾਂ ਇਹ ਨਾ ਪਹਿਲੂ ਬੀਜਿਆ ਤੇ ਹੋਏ ਨਾ, ਅੱਛਾ ਮਾੜਾ ਨਿਕਲਿਆ। ਅੱਛਾ ਇਹ ਦੁਬਾਰਾ ਬੀਜਣ ਸਮਝ ਲਾ ਡੇਢ ਮਹੀਨਾ ਲੇਟ ਬੀਜੀ ਜਨ। ਸਹੀ, ਨਹੀਂ ਤਾਂ ਇਹ ਤਾਂ ਅੱਧੇ ਅੱਧੇ ਕਿਲੋ ਦੇ ਗੰਡੇ ਹੋ ਜਾਣੇ, ਪੌਣੇ ਪੌਣੇ ਕਿਲੋ ਦੇ। ਸਹੀ ਸਹੀ, ਹਾਂ ਅੱਛਾ ਖਾਦ ਖੁਰਾਕ ਸਹੀ ਪਾਉਂਦੇ ਹੋ ਸਾਨੂੰ? ਹਾਂ ਵੇਖ ਲੈ ਤੁਸੀਂ, ਸੋਹਣੇ ਚਰੀ ਲਾਈ ਹੋਈ ਪਰਾਂ। ਅੱਛਾ ਲੂਸਣ ਮੇਰੇ ਖਿਆਲ 12 ਮਾਸ ਹੋਇਆ ਨਾ, ਹੁਣ ਐਂਡ ਹੋਇਆ ਕੀ ਇਹਦਾ? ਇਹਨੂੰ 3 ਪਾਣੀ ਲੱਗੇ ਨੇ ਮੇਰੇ ਖਿਆਲ, ਪਾਕਿਸਤਾਨੀ 3 ਪਾਣੀ ਲੱਗੇ ਤਾਂ ਏਡੀ ਏਡੀ ਹੁੰਦੀ। ਹਾਂ ਮਾਸ਼ਾਅੱਲਾ ਸੋਹਣੀ ਹੈ ਚਰੀ ਚੁਰੀ, ਯਾਨੀ ਤੁਹਾਡਾ ਯਾਨੀ ਸਬਜ਼ੀ ਸੁਬਜ਼ੀ ਮਾਸ਼ਾਅੱਲਾ ਸਾਰਾ ਕੁਝ ਸੋਹਣਾ ਲੱਗਦਾ। ਅਤੇ ਉਹ ਮਸ਼ੀਨ ਖੜੀ ਹੈ ਉਹਦੇ ਨਾਲ ਪੱਠੇ ਵੱਢਦੇ ਨੇ? ਹਾਂ ਉਹ ਮਸ਼ੀਨ ਸਾਦਾ ਸਾਦਾ ਇਹ ਕਿਸ਼ਾ ਖੜੀ ਹੈ ਵੱਡੀ ਸਾਰੀ ਰਿਸ਼ਾਸ਼
ਇਹਦੇ ਨਾਲ ਮੇਰਾ ਖਿਆਲ ਹੈ ਇਹਦੇ ਥੱਲੇ ਕਿੰਨਾ ਰਕਬਾ ਆ ਜਾਂਦਾ ਤਕਰੀਬਨ? ਇਹਦੇ ਥੱਲੇ ਤਕਰੀਬਨ 2 ਮਰਬੇ ਬਣ ਜਾਂਦਾ ਰਕਬਾ। 2 ਮਰਬੇ ਰਕਬਾ ਯਾਨੀ ਇਹਦੇ ਥੱਲੇ ਆ ਜਾਂਦਾ, ਯਾਨੀ ਇਹਦੇ ਨਾਲ ਪਾਣੀ ਲਾਉਂਦੇ ਨੇ। ਹੈਂ, ਬਾਰਿਸ਼ ਤਾਂ ਬਾਰਿਸ਼ ਇਹ ਤੁਹਾਡੀ ਤਾਂ ਮੇਰੇ ਖਿਆਲ ਹੁਣ ਬੰਦ ਖੜੀ ਹੈ, ਯਾਨੀ ਕਿਸੇ ਹੋਰ ਜਲਦੀ ਹੋਵੇ ਤਾਂ ਬੰਦਾ ਪਸਾਵੇ, ਹੈ ਨਾ? ਉਹ ਚਲਦੀ ਹੈ ਕਿ ਬੰਦ ਹੋਈ ਖੜੀ? ਦੂਸਰੇ ਮਦਰੇ 'ਤੇ, ਹਾਂ ਦੂਸਰੇ ਮਦਰੇ 'ਤੇ ਮੇਰੇ ਖਿਆਲ ਚਲਦੀ। ਹਾਂ ਬਿਲਕੁਲ ਚਲਦੀ ਖੜੀ ਹੈ। ਬਰਸੀਨ ਹੈ ਨਾ ਉਹ, ਜਿਹੜਾ ਬਰਸੀਨ ਮਾਸ਼ਾਅੱਲਾ ਹਰੀ ਗੱਚ ਹੈ ਅਤੇ ਪਾਣੀ ਲੱਗਦਾ ਖੜਾ ਮੇਰਾ ਅੱਜ ਵੇਖ ਕੇ। ਹਾਂ ਮਾਸ਼ਾਅੱਲਾ, ਨਹੀਂ ਮਾਹੌਲ ਤਾਂ ਤੁਹਾਡਾ ਬੜਾ ਸੋਹਣਾ ਹੈ ਮਾਸ਼ਾਅੱਲਾ। ਖਜੂਰਾਂ ਦੇ ਬਾਗ ਨੂੰ ਵੀ ਪਾਣੀ ਤੁਸੀਂ ਲਾ ਦੇਣੇ ਆ, ਇਹ ਪਰਲਾ ਜਿਹੜਾ ਬਾਗ ਅੱਜ ਤੋਂ 8-10 ਸਾਲ ਪਹਿਲੇ ਜਿਹੜੇ ਅਸੀਂ ਪਾਕਿਸਤਾਨ ਆਉਂਦੇ ਸੀ ਤਾਂ ਤੁਸੀਂ ਥਾਂ ਖਜੂਰਾਂ ਪੱਟ ਸਾਡੇ ਆਸ ਪਾਸ ਲੈਣੇ ਆ। ਬੱਚੇ ਵੱਡੇ ਵੱਡੇ ਪੱਟ ਲਾਏ ਬੱਚੇ ਵੱਡੇ ਜਿਤਨਾ ਬੱਚਾ ਵੱਡਾ ਲੱਗਦੀ ਹੋਣੀ ਜਲਦੀ ਤਿਆਰ। ਸਹੀ, ਚਲੋ ਵੇਖਦੇ ਹਾਂ ਅੱਗੇ ਚੱਲਦੇ ਨਾ।